ਤਸਵੀਰਾਂ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਕਸਬਾ ਦਬੁਰਜੀ ਦੀਆਂ ਹਨ, ਜਿੱਥੇ ਕਿ ਇੱਕ ਨੌਜਵਾਨ ਨੂੰ ਉਸਦੇ ਘਰ ਵਿੱਚ ਦਾਖਲ ਹੋ ਕੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਹਨ। ਅੱਜ ਸਵੇਰੇ 7:30 ਦੇ ਕਰੀਬ ਅਮਰੀਕਾ ਵਾਸੀ ਸੁਖਚੈਨ ਸਿੰਘ ਦੇ ਘਰ ਦਬੁਰਜੀ ਵਿੱਚ ਦੋ ਵਿਅਕਤੀ ਆਏ, ਜਿਨ੍ਹਾਂ ਨੇ ਸੁਖਚੈਨ ਸਿੰਘ ਨੂੰ 3 ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸੀਸੀਟੀਵੀ ਫੁਟੇਜ ਹਾਸਲ ਕੀਤੀ ਗਈ ਹੈ ਤੇ ਜਾਂਚ ਆਰੰਭ ਦਿੱਤੀ ਗਈ ਹੈ। ਪਰ ਵੱਡਾ ਸਵਾਲ ਹੈ ਕਿ ਦਿਨ ਚੜ੍ਹਦਿਆਂ ਹੀ ਘਰ 'ਚ ਦਾਖਲ ਹੋ ਕੇ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਵਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਮਲਾ ਕੀਤਾ ਗਿਆ ਤਾਂ ਉਸਦੇ ਪਰਿਵਾਰਕ ਮੈਂਬਰ ਵੀ ਉਸਦੇ ਕੋਲ ਖੜ੍ਹੇ ਸਨ। ਇੱਥੋਂ ਤੱਕ ਕਿ ਛੋਟੇ ਬੱਚੇ ਵੀ ਹਮਲਾਵਰਾਂ ਨੂੰ ਇਹ ਅਪੀਲ ਕਰਦੇ ਵੇਖੇ ਗਏ ਕਿ ਉਹਨਾਂ ਦੇ ਪਾਪਾ ਨੂੰ ਨਾ ਮਾਰਿਆ ਜਾਵੇ। ਪਰਮਜੀਤ ਸਿੰਘ, ਪਿੰਡ ਦਬੁਰਜੀ ਹੋਈ ਹੈ ਜੀ। ਕੀ ਮਾਮਲਾ ਹੋਇਆ ਜੀ ਸਾਹਮਣੇ ਜੀ, ਕਿੰਨੇ ਵਜੇ ਘਟਨਾ? ਇਹ ਸਵੇਰੇ 7:00 ਦੇ ਕਰੀਬ 5 ਮਿੰਟ ਦੇ ਕਰੀਬ ਸਾਰਾ ਕੰਮ ਹੋਇਆ ਆ, 5 ਮਿੰਟਾਂ ਦੇ ਵਿੱਚ ਹੀ। ਅਤੇ ਇਹ ਮੁੰਡਾ ਸਾਡਾ ਰਿੰਕੂ ਆ, ਸੁਖਚੈਨ ਸਿੰਘ। ਅਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ, ਦੋਵਾਂ ਜਣਿਆਂ ਨੂੰ, ਦੋ ਜਣੇ ਆਏ ਸੀ ਸਿੰਘ ਅਤੇ ਮੋਟਰਸਾਈਕਲ ਦੇ ਉੱਤੇ ਇਹੀ ਸਪਲੈਂਡਰ ਦੇ ਉੱਤੇ। ਅਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ, ਪਹਿਲਾਂ ਤਾਂ ਇੱਥੇ ਆ ਕੇ ਗੱਲ ਕਰਨ ਲੱਗ ਪਏ। ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ, ਅਸੀਂ ਵੀ ਬਣਾਉਣੀ ਆ, ਅਸੀਂ ਫਲਾਂ ਠੀਕ ਆ। ਅਤੇ ਉਹਨੂੰ ਡਾਊਟ ਹੋ ਗਿਆ, ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮਾੜਾ ਜਿਹਾ। ਅਤੇ ਬਾਅਦ 'ਚ ਉਹਨਾਂ ਨੇ ਪਸਤਾਓ ਰੱਖ ਲਈ ਆ ਗਿੱਚੀ ਦੇ ਵਿੱਚ। ਅਮਰੀਕਾ ਤੋਂ ਪਰਤਿਆ ਜੀ? ਹਾਂਜੀ, ਅਮਰੀਕਾ ਤੋਂ ਹੋ ਗਿਆ, ਥੋੜ੍ਹੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਅਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ। ਅਤੇ ਉਹ ਦੋ ਵਾਰੀ ਗਿਆ ਵੀ ਹੈਗਾ ਬੱਸ ਵਾਪਸੀ, ਅਤੇ ਫਿਰ ਆ ਜਾਂਦਾ ਰਿਹਾ ਕੋਈ 5-10, ਕਿਉਂਕਿ ਬੱਚੇ ਛੋਟੇ ਛੋਟੇ ਨੇ, ਉਹਨਾਂ ਦੀ ਦੇਖ ਕੇ। ਗੋਲੀਆਂ ਚੱਲੇ, ਸਮਾਂ ਕਿੰਨੇ ਵਜੇ ਦਾ? 7:05 ਦਾ ਸਮਾਂ ਆ ਸਵੇਰ ਦਾ। ਅਤੇ ਪਰਿਵਾਰ ਦੇ ਵਿੱਚ ਉਦੋਂ ਦੋਵੇਂ ਜੀ ਆਪ ਹੀ ਅਤੇ ਦੋਵੇਂ ਬੱਚੇ ਅਤੇ ਨਾਲ ਮਾਤਾ ਬਜ਼ੁਰਗ ਸਾਡੀ। ਕਿੰਨੀਆਂ ਗੋਲੀਆਂ ਚੱਲੀਆਂ ਜੀ? ਉਦਾਂ ਤਾਂ 3 ਮਿਲੀਆਂ ਪੁਲਿਸ ਨੂੰ, 2 ਵੱਜੀਆਂ ਕਹਿੰਦੇ। ਮਰਸ਼ਰੀ ਗੱਡੀ ਇਹੋ ਹੀ ਆ, ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ, ਇਹਦੇ ਕਰਕੇ ਨਾ ਕੋਈ ਚੱਕਰ ਨਾ ਅਵਲ ਤਾਂ ਇਹੋ ਜਿਹਾ ਕੋਈ ਹੈ ਨਹੀਂ ਚੱਕਰ। ਕੰਮ ਤੇ ਪਲੈਨਿੰਗ ਦੇ ਨਾਲ ਹੀ ਉਹਨਾਂ ਨੂੰ ਪਤਾ ਵੀ ਇਹ ਵੇਲੇ ਜਿਮ ਜਾਂਦਾ ਜਾਂ ਕਿੱਦਾਂ ਜਾਂਦਾ, ਕੋਈ ਰੇਕੀ ਕਰਕੇ ਫੇਰ ਕੀਤਾ ਜੀ। ਇਹ ਕਰੀਬ ਸੁਬਹਾ 7:15 ਦੀ ਗੱਲ ਹੈ ਜੀ। ਇਹ ਸੁਖਚੈਨ ਸਿੰਘ ਹੈ, ਇਹਦੀ ਜਿਹੜੀ ਬੰਦਾ ਵਾ ਫੋਰਨ ਅਮੈਰੀਕਾ ਰਹਿੰਦਾ, ਜ਼ਿਆਦਾ ਹੁਣ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ। ਇਹਦਾ ਇੱਕ ਬ੍ਰਦਰ ਬਾਹਰ ਆ, ਇਹਦੀ ਮਦਰ ਇਹਦੀ ਸੈਕਿੰਡ ਮੈਰਿਜ ਦੇ ਵਿੱਚੋਂ ਵਾਈਫ ਅਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ, ਦੋ ਬੰਦੇ ਗੇਟ 'ਤੇ ਆਏ ਆ, ਗੇਟ 'ਤੇ ਆ ਕੇ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀ ਦੀ ਆਰ ਸੀ ਵਿਖਾ, ਤੂੰ ਕਿੱਥੋਂ ਲਈ ਹੈ? ਅਤੇ ਉਹ ਕਹਿੰਦਾ ਵੀ ਤੁਸੀਂ ਕਾਹਦੀ ਆਰ ਸੀ ਕੌਣ ਜੇ? ਇਹਦਾ ਕਰਦਿਆਂ ਉਹਨੂੰ ਪਿਸਟਲ ਪੁਆਇੰਟ 'ਤੇ ਅੰਦਰ ਲੈ ਗਏ। ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ, ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ। ਫਾਇਰਿੰਗ ਕਰਨ ਦੇ ਵਿੱਚ ਬਾਅਦ 'ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਵੀ ਤਸੱਲੀ ਨਾ ਮਾਰੀਏ, ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ, ਉਹ ਚੱਲਿਆ ਨਹੀਂ, ਉਹ CCTV ਫੁਟੇਜ ਆਉਂਦਾ। ਠੀਕ ਹੈ, ਹੁਣ ਜਿਹੜਾ ਪਰਿਵਾਰ ਆ ਉਹ ਜਿਹੜੀ ਵਾਈਫ ਜਿਹੜੀ ਹੋਸਪਿਟਲ ਉਹਨਾਂ ਦੇ ਨਾਲ ਆ, ਉਹਨਾਂ ਨੂੰ ਹੋਸਪਿਟਲ ਲੈ ਗਏ ਆ, ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ। ਉਹ ਕਿਉਂਕਿ ਉਹਨਾਂ ਦੇ ਜਿਹੜੇ 1-2 ਗੋਲੀਆਂ ਇੱਕ ਸਿਰ 'ਚ ਲੱਗੀ ਆ, ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਅਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ। ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ। ਔਰ ਸਾਡੀ ਜਿਹੜੀ FIR ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ, ਸਾਡਾ CA ਸਟਾਫ, ਸਾਡੇ SHO ਮਕਬੂਲਪੁਰਾ,
ACP ਈਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਿਰੌਤੀ ਵੀ ਮੰਗੀ ਗਈ ਸੀ ਸੁਖਚੈਨ ਸਿੰਘ ਤੋਂ? ਨਹੀਂ ਜੀ, ਸਾਡੇ ਇਹੋ ਜਿਹੀ ਕੋਈ ਗੱਲ ਧਿਆਨ 'ਚ ਨਹੀਂ ਆਈ। ਦੇਖੋ ਨਾ ਸਾਡੇ ਕੋਈ ਇਹਨਾਂ ਰਿਪੋਰਟਿੰਗ ਆ, ਨਾ ਉਹਨਾਂ ਕੋਲ ਦੱਸਿਆ ਹੀ ਆ ਉਹ, ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ। ਉਹਦੇ ਵਿੱਚ ਉਹਦਾ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ FIR ਦਰਜ ਕਰਵਾਈ ਸੀ 2022 'ਚ। ਜਿਹੜੀ ਉਸ FIR ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਏ ਸੀ ਅਤੇ ਇਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ, ਅਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ 'ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਅਤੇ ਉਹਨਾਂ 'ਤੇ ਧਮਕੀਆਂ ਦਿੰਦੇ ਸੀ ਇਹਨਾਂ ਨੂੰ। ਫਿਰ ਅਸੀਂ ਬਸ ਵੱਖ ਵੱਖ ਐਂਗਲਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਨੂੰ ਟ੍ਰੇਸ ਕਰਦੇ। CCTV ਸਾਹਮਣੇ ਆਈ? ਹਾਂ, CCTV ਫੋਟੋ ਆਈ ਜੀ, ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਨੂੰ ਜੀ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।